وقفا وسلام على سيدنا ومولانا وهادينا ومرشدنا محمد المصطفى اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد मैं तो नादान ही था दानिश्ता भी क्या क्या न किया लाज रख ली मेरी अल्लाह ने मुझे तुझे रुसवा न किया बात दिल की थी दिल रही के काम हो भी गया ऐसा कौन जिसने जुबान का तकल्लुफ भी गवारा न किया قال الله تبارك وتعالى في القرآن المجيد والفرقان الحميد بسم الله الرحمن الرحيم يا ليتني كنت ترابا ربي اشرح لي صدري ويسر لي امري واحلل عقدة من لساني يفقهوا قولي رب زدني علما رب زدني فهما صدق الله العلي العظيم وصدق رسوله النبي الكريم حمد و ثنا اللہ جل جلالہ واسطے درود و سلام امام الانبیاء حبیب خدا جناب محمد مصطفیٰ احمد مصطفیٰ صلی اللہ علیہ وسلم دی ذات بابرکات واسطے خاص ہے عزیز سامعین بزرگ دوستو عزیزو زیادہ وقت نہیں کوئی دیر نہیں تھوڑا جا دو چار گلہ رب رسول دیاں کرنیاں نے اور علماء ساڑھے بڑے محترم موجود نے تشریف فرما نے اسیتوں نے مقامی لوگ ہاں بس دس پندرہ منٹ دے اندر انشاءاللہ کوشش کراں گا میں اپنی بات نو مکمل کراں تو اس بعد انشاءاللہ اجازت چاہاں گا حضرت دل جمی نال بیٹھنا کوئی شعر و شاعری تا میں نو آندھی کوئی نہیں تھوڑی بہت بس ایک کی شعر جڑا پڑھ دیتا ہے کافی ہے اس بعد کچھ اللہ دے قرآن دی آیتاں اور انشاءاللہ او دا ترجمہ ہوئے گا اس بعد اجازت چاہاں گا تو انسان دنیا دے اندر زندگی گزارتا ہے بڑیاں آرزوں ہوندیاں نے بڑیاں خواہشاں ہوندیاں نے میں اے کراں گا اور کئی ایسی بزرگاں تو پوچھے ہے ویکھے ہے جتنے بزرگ موجود نے انہاں کولوں ذرا پوچھو ہر سال سوچدے نے اگلے سال امیر ہو جائیں گے تے اگلا سال جویں پیندی تو پیندی آندی
ਹਰ ਮਹੀਨੇ ਇਸ ਦਿਨ ਹੁੰਦਾ ਵੀ ਯਾਰ ਇਹ ਮਹੀਨਾ ਥੋੜ੍ਹਾ ਜਿਹਾ ਉਲਝਣ 'ਚ, ਅਗਲਾ ਬਜਟ ਠੀਕ ਹੋ ਜਾਏਗਾ, ਅਗਲਾ ਮਹੀਨਾ ਹੋਰ ਉਲਝਣ ਦੇ ਅੰਦਰ। ਯਾਨੀ ਖਵਾਹਿਸ਼ਾਂ ਬੜੀਆਂ ਨੇ, ਆਰਜ਼ੂਆਂ ਬੜੀਆਂ ਨੇ, ਲੇਕਿਨ ਪੂਰੀਆਂ ਨਹੀਂ ਹੁੰਦੀਆਂ। ਬਹੁਤ ਸਾਰੀਆਂ ਖਵਾਹਿਸ਼ਾਂ, ਬਹੁਤ ਸਾਰੀਆਂ ਆਰਜ਼ੂਆਂ, ਦਿਲੀ ਤਮੰਨਾਵਾਂ ਸਾਰੀਆਂ ਬੰਦਾ ਇਸ ਦੁਨੀਆ 'ਤੇ ਛੱਡ ਕੇ ਅਤੇ ਅੱਗੇ ਰਾਹੀ ਹੁੰਦਾ ਹੈ, ਹਾਂਜੀ ਪੂਰੀਆਂ ਨਹੀਂ ਹੁੰਦੀਆਂ। ਔਰ ਦੁਨੀਆ 'ਤੇ ਹੈ ਹੀ ਇਸੇ ਚੀਜ਼ ਦਾ ਨਾਮ, ਜਿਵੇਂ ਕਿਸੇ ਨੇ ਕਿਹਾ ਸੀ ਜੰਨਤ ਦੀ ਤਾਰੀਫ ਕੀ ਹੈ, ਜੰਨਤ ਕਿਸ ਨੂੰ ਕਿਹਾ ਜਾਂਦਾ ਹੈ। ਜੰਨਤ ਦੀ ਤਾਰੀਫ ਕਿਸੇ ਇਸ ਤਰ੍ਹਾਂ ਕੀਤੀ ਕਿ ਬੜੇ ਬਾਗਾਤ ਹੋਣਗੇ, ਮਹੱਲਾਤ ਹੋਣਗੇ, ਇਹ ਹੋਏਗਾ, ਵੋ ਹੋਏਗਾ, ਅਲੱਗ ਅਲੱਗ ਤਾਰੀਫਾਂ ਜੰਨਤ ਦੀਆਂ ਹੋ ਰਹੀਆਂ ਨੇ। ਅਤੇ ਕਿਸੇ ਅੱਲਾਹ ਵਾਲੇ ਨੇ ਜੰਨਤ ਦੀ ਤਾਰੀਫ ਕੀਤੀ, ਉਹਨੇ ਕਿਹਾ ਖਵਾਹਿਸ਼ਾਂ ਦਾ, ਆਰਜ਼ੂਆਂ ਦਾ ਪੂਰਾ ਹੋ ਜਾਣਾ ਜੰਨਤ ਹੈ। ਖਵਾਹਿਸ਼ਾਂ ਦਾ ਇੱਥੇ ਆਸਾਇਸ਼ਾਂ ਪੂਰੀਆਂ ਹੋ ਜਾਣਗੀਆਂ, ਗੱਡੀ ਅੱਛੀ ਆ ਜਾਏਗੀ, ਏਸੀ ਆ ਜਾਏਗਾ, ਘਰ ਬਣ ਜਾਏਗਾ, ਸਭ ਕੁਝ। ਆਸਾਇਸ਼ਾਂ ਮੁਕੰਮਲ ਹੋ ਸਕਦੀਆਂ ਨੇ, ਖਵਾਹਿਸ਼ਾਂ ਮੁਕੰਮਲ ਨਹੀਂ ਹੋ ਸਕਦੀਆਂ। ਖਵਾਹਿਸ਼ਾਂ ਦਾ ਪੂਰਾ ਹੋਣਾ ਉਹਨੂੰ ਕਹਿੰਦੇ ਨੇ ਜੰਨਤ। ਔਰ ਅਦੁਨੀਆ ਸਿਜਨੁਲ ਮੁਮਿਨ, ਮੋਮਨ ਵਾਸਤੇ ਦੁਨੀਆ ਕੈਦਖਾਨਾ ਹੈ ਵੀਰੇ, ਉਹ ਜੰਨਤ ਨਹੀਂ। ਇੱਥੇ ਜੰਨਤਾਂ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਬਲਕਿ ਇੱਥੇ ਰਹਿ ਕੇ ਅਗਲੀ ਜੰਨਤ ਕਮਾਉਣ ਦੀ ਕੋਸ਼ਿਸ਼ ਕਰੀਏ। ਕਿਆਮਤ ਦਾ ਦਿਨ ਹੋਏਗਾ ਨਾ, ਮੇਰੇ ਔਰ ਤੁਸਾਂ ਦੇ ਮਹਿਬੂਬ ਪੈਗੰਬਰ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਅੱਲਾਹ ਦਾ ਕੁਰਾਨ ਸੁਣਾਇਆ। ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ, ਸੁਣੋ ਲੋਗੋ, ਸੁਣੋ ਤੁਸੀਂ ਵੀ ਸੁਣੋ, 16 ਚੱਕ ਦੇ ਅੰਦਰ ਰਹਿਣ ਵਾਲੇ ਹੋ, ਗਿਰਦੋ ਨਵਾ ਤੋਂ ਆਉਣ ਵਾਲੇ ਹੋ, ਸੁਣੋ ਮੇਰੇ ਪਾਕ ਪੈਗੰਬਰ ਨੇ ਫਰਮਾਇਆ, ਅੱਲਾਹ ਦਾ ਕੁਰਾਨ ਪੜ੍ਹਿਆ ਔਰ ਫਰਮਾਇਆ, ਉਹ ਲੋਗੋ ਅੱਜ ਜਿਵੇਂ ਜਨਾਬ 9 ਆਰਜ਼ੂਆਂ ਕੁਰਾਨ ਦੇ ਅੰਦਰ ਅੱਲਾਹ ਨੇ ਬਿਆਨ ਫਰਮਾਈਆਂ, ਜਦੋਂ ਬੰਦਾ ਫੌਤ ਹੋ ਜਾਏਗਾ ਤੇ ਕਿਆਮਤ ਵਾਲੇ ਦਿਨ ਬੰਦੇ ਨੂੰ ਉਠਾ ਲਿਆ ਜਾਏਗਾ, ਮੈਦਾਨੇ ਮਾਸ਼ਰ ਲੱਗਿਆ ਹੋਏਗਾ ਤੇ ਉੱਥੇ ਬੰਦਾ ਜਨਾਬ ਆਰਜ਼ੂਆਂ ਕਰਦਾ ਪਿਆ ਹੋਏਗਾ, ਆਰਜ਼ੂਆਂ ਕਰਦਾ ਪਿਆ ਹੋਏਗਾ, ਉੱਥੋਂ ਦੀ ਆਰਜ਼ੂ ਤੇ ਪਛਤਾਵਾ ਕਿਸੇ ਕੰਮ ਨਹੀਂ ਆਏਗਾ। ਇਹ ਦੁਨੀਆ ਦੇ 4 ਦਿਨ ਇੱਥੇ ਜ਼ਿੰਦਗੀ ਗੁਜ਼ਾਰ, ਇਸ ਤਰ੍ਹਾਂ ਗੁਜ਼ਾਰ, ਜਦੋਂ ਦੁਨੀਆ ਤੋਂ ਜਾਵੇਂ ਤੇ ਦੁਨੀਆ ਵਾਲੇ ਵੀ ਰਾਜ਼ੀ ਹੋਣ, ਅੱਲਾ ਵੀ ਸਾਡੇ ਤੇ ਰਾਜ਼ੀ ਹੋਏ, ਅੱਲਾਹੁ ਅਕਬਰ ਅੱਲਾ। ਉਹ ਦੁਨੀਆ ਤੋਂ ਜਾਵੇਂ ਤੇ ਸਿਰਫ ਘਰ ਵਾਲਿਆਂ ਨੂੰ ਫਰਕ ਨਾ ਪਵੇ, ਬਲਕਿ ਪੂਰਾ ਇਲਾਕਾ ਰੋ ਰੋ ਜਾਏ, ਪੂਰਾ ਇਲਾਕਾ ਯਾਦ ਕਰ ਜਾਏ, ਯਾਰ ਫਲਾਂ ਬੰਦਾ ਹੋਇਆ ਕਰਦਾ ਸੀ, ਚਲਾ ਗਿਆ, ਸਾਡੀ ਕਮੀ ਦੁਨੀਆ ਨੂੰ ਮਹਿਸੂਸ ਹੋਏ, ਕੋਈ ਇੰਜ ਦਾ ਕੰਮ ਕਰ ਜਾਈ, ਅੱਲਾਹੁ ਅਕਬਰ ਅੱਲਾ। ਵਰਨਾ ਤੇ ਜਨਾਬ ਆਪਣੀ ਤੇ ਮੇਰੀ, ਮੇਰੀ ਤੇ ਨਾ ਅੱਲਾ ਦਾ ਨਾਮ, ਤੇਰਾ ਰਸੂਲ ਦਾ ਕੋਈ ਨਾਮ ਨਹੀਂ, ਨਮਾਜ਼ ਨਹੀਂ, ਜ਼ਕਾਤ ਨਹੀਂ, ਰੋਜ਼ਾ ਨਹੀਂ, ਹੱਜ ਨਹੀਂ, ਸਭ ਕੁਝ ਨਹੀਂ। ਫਿਰ ਕਿਆਮਤ ਦਾ ਦਿਨ ਹੋਏਗਾ ਤੇ ਬੰਦਾ ਇਸ ਤਰ੍ਹਾਂ ਖੜਾ ਹੋਏਗਾ, ਨਾ ਕਵੇਗਾ ਯਾ ਲੈਤਨੀ ਕੁੰਤੁ ਤੁਰਾਬਾ, ਅੱਲਾਹੁ ਅਕਬਰ। ਕੁਰਾਨ ਪੜ੍ਹਿਆ ਕਿ ਕੁਰਾਨ ਸੁਭਾਨ ਅੱਲਾ ਹੱਕ ਬਣਦਾ ਹੈ, ਲੇਕਿਨ ਪੜ੍ਹਨਾ ਕਿਸੀ ਅੱਲਾਹੁ ਅਕਬਰ ਹਾਏ ਗਏ, ਅੱਲਾਹੁ ਅਕਬਰ, ਬੰਦਾ ਖੜਾ ਹੋਏਗਾ, ਨਾਮਾ ਅਮਾਲ ਹੱਥੀ ਅੰਦਰ ਹੋਏਗਾ ਨਾ। ਇਵੇਂ ਜਨਾਬ ਸਾਰੇ ਗੁਨਾਹਾਂ ਤੇ ਸਾਰੇ ਕਰਤੂਤਾਂ ਦੀ ਵੀਡੀਓ ਚੱਲ ਜਾਏਗੀ। ਅੱਜ ਮੁਹੱਲੇ ਵਾਲਿਆਂ ਤੋਂ ਛੁਪ ਕੇ ਕਰ ਲੈਂਦੇ ਆਏ, ਅੱਜ ਦੁਨੀਆ ਵਾਲਿਆਂ ਤੋਂ ਛੁਪ ਕੇ ਕਰ ਲੈਂਦੇ ਆਏ, ਉੱਥੇ ਤੇ ਮੁਹੱਲੇ ਵਾਲੇ ਮੌਜੂਦ, ਦੁਨੀਆ ਵਾਲੇ ਮੌਜੂਦ, ਮਾਮੇ ਤਾਏ ਚਾਚੀਆਂ ਫੁੱਫੀਆਂ ਸਾਰੇ ਮੌਜੂਦ, ਬਹਿਣ ਭਾਈ ਮੌਜੂਦ, ਅੱਲਾ ਇਸ ਤਰ੍ਹਾਂ ਜਨਾਬ ਵੀਡੀਓ ਚਲਾ ਦੇਗਾ, ਸਾਰਿਆਂ ਦੇ ਸਾਹਮਣੇ ਐਲਾਨ ਹੋ ਜਾਏਗਾ, ਬੜਾ ਮੁਤਕੀ ਤੇ ਬੜਾ ਜਨਾਬ ਖਾਨਦਾਨ ਦੇ ਅੰਦਰ ਚੰਗਾ ਬਣਦਾ ਫਿਰਦਾ ਸੀ, ਅੱਲਾ ਕਹਿਣਾ ਇਹਦੇ ਕਰਤੂਤ ਹੈ ਸਰ, ਉੱਥੇ ਫਿਰ ਕੀ ਬਣੇਗਾ। ਔਰ ਬੰਦਾ ਪਛਤਾਏਗਾ, ਕਹੇਗਾ ਯਾ ਲਈ ਤਨੀ ਕੁੰਤੁ ਤੁਰਾਬਾ, ਕਾਸ਼ ਕਿ ਮੈਂ ਮਿੱਟੀ ਹੋ ਜਾਂਦਾ, ਮੈਨੂੰ ਦੁਬਾਰਾ ਨਾ ਉਠਾਇਆ ਜਾਂਦਾ, ਦੁਬਾਰਾ ਅੱਲਾ ਦੇ ਹਜ਼ੂਰ ਮੈਨੂੰ ਪੇਸ਼ ਨਾ ਕੀਤਾ ਜਾਂਦਾ। ਅੱਲਾਹੁ ਅਕਬਰ ਅੱਲਾ। ਵੇਖਣਾ ਜਨਾਬ ਸੂਰਹ ਫਜਰ ਨਿਕਲ ਆਈ, ਅੱਲਾ ਫਰਮਾ ਰਿਹਾ ਦੂਸਰੀ ਆਰਜ਼ੂ ਕਿਹੜੀ ਬੰਦਾ ਕਰੇਗਾ। 9 ਆਰਜ਼ੂਆਂ ਸੁਣਾਉਣੀਆਂ ਨੇ, 9 ਆਰਜ਼ੂਆਂ ਇਨਸ਼ਾਅੱਲਾ। ਅੱਲਾਹੁ ਅਕਬਰ ਅੱਲਾ। ਦੂਸਰੀ ਆਰਜ਼ੂ ਬੰਦਾ ਕਰਦਾ ਨਜ਼ਰ ਆਏਗਾ, ਯਾ ਲੈਤਨੀ ਕੱਦਮਤੁ ਲਿਹਯਾਤੀ, ਕਵੇਗਾ ਹੈ ਕਾਸ਼ ਮੈਂ ਉਵੇਂ ਜ਼ਿੰਦਗੀ ਗੁਜ਼ਾਰੀ ਹੁੰਦੀ ਜਿਵੇਂ ਅੱਲਾ ਤੇ ਅੱਲਾ ਦਾ ਰਸੂਲ ਚਾਹੁੰਦਾ ਸੀ।
ਅਸੀਂ ਜ਼ਿੰਦਗੀ ਗੁਜ਼ਾਰਨੇ ਆ ਕਿ ਜਿਵੇਂ ਸਾਡਾ ਜਨਾਬ ਵਾਲਿਦੈਨ ਚਾਹੁੰਦੇ ਨੇ, ਅਸੀਂ ਜ਼ਿੰਦਗੀ ਗੁਜ਼ਾਰਨੇ ਆ ਜਿਵੇਂ ਸਾਡੀ ਔਲਾਦ ਚਾਹੁੰਦੀ ਹੈ ਨਾ ਆਏ, ਅਸੀਂ ਜ਼ਿੰਦਗੀ ਗੁਜ਼ਾਰਨੇ ਆ ਜਿਵੇਂ ਸਾਡੇ ਜਨਾਬ ਮੀਆਂ ਤੇ ਬੀਵੀ ਚਾਹੁੰਦੀ ਹੈ ਨਾ ਆਏ। ਨਾ 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 ਮੇਰਾ ਵੀਰ, ਜ਼ਿੰਦਗੀ ਇੰਜ ਗੁਜ਼ਾਰੀਏ ਜਿਵੇਂ ਰੱਬ ਚਾਹੁੰਦਾ ਹੈ ਤੇ ਅੱਲਾ ਦਾ ਰਸੂਲ ਚਾਹੁੰਦਾ ਹੈ। ਕਸਮ ਖੁਦਾ ਦੀ, ਦੁਨੀਆਂ ਤੇ ਵੀ ਇੱਜ਼ਤਾਂ, ਆਖਰਤ ਦੇ ਅੰਦਰ ਵੀ ਇੱਜ਼ਤਾਂ ਬਹਾਲ ਕਰ ਦੇਗਾ। ਆ ਵੇਖਣਾ ਜਨਾਬ, ਕਾਸ਼ ਮੈਂ ਉਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਹੁੰਦੀ, ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਅੰਦਰ ਕੀਤਾ ਹੁੰਦਾ। ਕੌਣ ਪਛਤਾਏਗਾ ਦੁਨੀਆਂ ਤੇ ਨਾ ਅੱਲਾ ਵਾਸਤੇ? ਸਾਡਾ ਪਤਾ ਕੀ ਹਾਲ ਹੈ, ਨਾ ਰੱਬ ਵਾਸਤੇ ਟਾਈਮ ਮੌਜੂਦ ਹੈ ਸਾਡੇ ਕੋਲ, ਨਾ ਰੱਬ ਵਾਸਤੇ ਸਹੀ ਅਖਲਾਸ ਮੌਜੂਦ ਹੈ, ਨਾ ਰੱਬ ਵਾਸਤੇ ਸਾਡੇ ਕੋਲ ਪੈਸਾ ਮੌਜੂਦ ਹੈ। ਸਾਰਾ ਕੁਝ ਹੀ ਸਾਡਾ ਆਪਣੇ ਬਿਜ਼ਨਸ ਲਈ, ਆਪਣੀ ਦੁਕਾਨ ਲਈ, ਆਪਣੇ ਮਕਾਨ ਲਈ, ਆਪਣੀ ਔਲਾਦ ਲਈ ਹੈ। ਰੱਬ ਵਾਸਤੇ ਅਗਰ ਜਨਾਬ ਥੋੜ੍ਹਾ ਜਿਹਾ ਕਿਤੋਂ ਸਵਾਲ ਹੋ ਜਾਵੇ, ਮੈਂ ਚੰਦਾ ਨਹੀਂ ਮੰਗਣ ਲੱਗਾ, ਪ੍ਰਚਾਰ ਨਾ ਹੋਇਆ ਜੇ, ਰੱਬ ਵਾਸਤੇ ਸਵਾਲ ਹੋ ਜਾਏ, ਸਾਡੇ ਮੂੰਹ ਰੱਤੇ ਲਾਲ ਹੋ ਜਾਂਦੇ ਨੇ, ਚਿਹਰੇ ਸੁਰਖ ਹੋ ਜਾਂਦੇ ਨੇ, ਔਰ ਜਨਾਬ ਸਾਡੇ ਕੋਲ ਪੈਸਾ ਵੀ ਕੋਈ ਨਹੀਂ, ਸਾਡੇ ਕੋਲ ਟਾਈਮ ਵੀ ਕੋਈ ਨਹੀਂ, ਸਾਡੇ ਕੋਲ ਜਨਾਬ ਅਮਲ ਵੀ ਕੋਈ ਨਹੀਂ, ਸਾਡੇ ਕੋਲ ਕੋਈ ਬਰਕਤ ਵੀ ਕੋਈ ਨਹੀਂ, ਕੁਝ ਵੀ ਕੋਈ ਨਹੀਂ। ਦੁਨੀਆਂ ਦੁਨੀਆਂ ਹਾਏ ਮੇਰੀ, ਜਿੰਨਾ ਮਰਜ਼ੀ ਕਮਾਇਆ। ਆ ਬਾਬੇ ਵੇਖ ਲਓ, 70-80 ਸਾਲ ਹੋ ਗਏ, ਮਸੇ ਨੱਕੂ ਨਾਲ ਨੱਕੂ ਜੁੜਿਆ ਪੂਰੀ ਪਈ ਹੈ, ਕੋਈ ਜਨਾਬ ਅੱਲਾਹ ਅਕਬਰ ਏਡੀਆਂ ਤਰੱਕੀਆਂ ਨਹੀਂ ਹੋਈਆਂ। ਮੇਰਾ ਵੀਰ, ਅਗਰ ਰੱਬ ਵਾਸਤੇ ਜ਼ਿੰਦਗੀ ਵਕਫ ਕੀਤੀ ਹੋਏਗੀ ਤੇ ਰੱਬ ਵਾਸਤੇ ਜ਼ਿੰਦਗੀ ਵਕਫ ਕਰਨ ਵਾਸਤੇ ਨਾ ਸਪੈਸ਼ਲ ਕੋਈ 10 ਸਾਲ ਨਹੀਂ ਕੱਢਣੇ ਪੈਂਦੇ ਕਿ ਮੈਂ ਜੀ ਹੁਣ ਸਾਰੇ ਦੁਨੀਆਂ ਦੇ ਕੰਮ ਛੱਡਤੇ ਨੇ, ਸਪੈਸ਼ਲ 10 ਸਾਲ ਰੱਬ ਵਾਸਤੇ ਵਕਫ ਕਰਤੇ ਨੇ। ਬਸ ਅੱਲਾ ਇਹ ਨਹੀਂ ਚਾਹੁੰਦਾ, ਰਹਿਬਾਨੀਅਤ, ਲਾ ਰਹਿਬਾਨੀਅਤ ਫਿਲ ਇਸਲਾਮ, ਇਸਲਾਮ ਦੇ ਅੰਦਰ ਰਹਿਬਾਨੀਅਤ ਨਹੀਂ। ਇਸਲਾਮ ਪਤਾ ਕੀ ਚਾਹੁੰਦਾ, ਤੁਸੀਂ ਦੁਕਾਨ ਵੀ ਚਲਾਓ, ਕਾਰੋਬਾਰ ਵੀ ਚਲਾਓ, ਫਸਲਾਂ ਵੀ ਗੱਡੋ, ਬੀਜੋ, ਸਭ ਕੁਝ ਕਰੋ, ਕਟਾਈਆਂ ਕਰੋ, ਸੁਬਾ ਉੱਠਿਓ, ਨਮਾਜ਼ ਪੜ੍ਹੋ, ਆਪਣੇ ਕੰਮ 'ਤੇ ਨਿਕਲ ਜਾਓ, ਜ਼ੋਰ ਦਾ ਟਾਈਮ ਹੋ ਗਿਆ, ਨਮਾਜ਼ ਪੜ੍ਹੋ, ਫਿਰ ਕੰਮ ਨੂੰ ਜੁੜ ਜਾਓ, ਅਸਰ ਦਾ ਟਾਈਮ ਹੋ ਗਿਆ, ਫਿਰ ਆ ਜਾਓ, ਫਿਰ ਕੰਮ ਕਰੋ, ਮਗਰਬ ਦਾ ਟਾਈਮ, ਯਾਨੀ ਜ਼ਿੰਦਗੀ ਦੇ ਨਾਲ ਨਾਲ। ਇਸਲਾਮ ਕੋਈ ਸਭ ਕੁਝ ਛੁਡਵਾ ਕੇ ਨਹੀਂ ਚਾਹੁੰਦਾ ਕਿ ਮੇਰੇ 'ਤੇ ਅਮਲ ਕੀਤਾ ਜਾਏ ਅਤੇ ਬਸ ਮਸੀਹ 'ਤੇ ਆ ਕੇ ਬਹਿ ਜਾਓ, ਬਲਕਿ ਦੁਨੀਆਂ ਦੇ ਕੰਮ ਵੀ ਕਰੋ, ਨਾਲ ਨਾਲ ਅੱਲਾਹ ਨੂੰ ਰਾਜ਼ੀ ਕਰੋ। ਅੱਲਾਹ ਅਕਬਰ ਅੱਲਾਹ। ਆ ਵੇਖਣਾ ਜਨਾਬ, ਤੀਸਰੀ ਖੁਆਇਸ਼ ਹੁਣ ਜਨਾਬ, ਉੱਥੇ ਜਨਾਬ ਮੈਦਾਨ ਹਸ਼ਰ ਲੱਗਿਆ ਹੋਏਗਾ, ਇਸ ਤਰ੍ਹਾਂ ਜਨਾਬ ਲੋਕ ਖੜੇ ਨੇ, ਅੱਲਾਹ ਅਕਬਰ ਅੱਲਾਹ, ਇਹ ਫਰਿਸ਼ਤਿਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ। ਅੱਲਾ ਫਰਮਾ ਰਹੇ, ਫਰਿਸ਼ਤੇ ਉਹ ਦੇ ਦਿਓ ਨਾ ਮਾਇਆ ਮਾਲ ਲੋਕਾਂ ਦੇ ਹੱਥ ਦੇ ਅੰਦਰ, ਇਵੇਂ ਨਾ ਮਾਇਆ ਮਾਲ ਪਕੜਾ ਦਿੱਤੇ ਜਾਣਗੇ ਨਾ। ਜਿਹੜਾ ਬੰਦਾ ਬਦਬਖਤ ਹੋਏਗਾ, ਸ਼ਕੀ ਹੋਏਗਾ, ਉਹਦਾ ਨਾ ਮਾਇਆ ਮਾਲ ਉਹਦੇ ਦਾਏ ਹੱਥ ਦੇ ਅੰਦਰ, ਖੱਬੇ ਹੱਥ ਦੇ ਅੰਦਰ ਦੇ ਦਿੱਤਾ ਜਾਏਗਾ। ਔਰ ਜਨਾਬ ਉਹ ਆਪਣਾ ਨਾ ਮਾਇਆ ਮਾਲ ਇਸ ਤਰ੍ਹਾਂ ਖੋਲੇਗਾ ਨਾ, ਵੇਖੇਗਾ ਕਿ ਮੇਰੇ ਤੇ ਦਿੱਤੇ ਇੱਕ ਜ਼ਰਾ ਬਰਾਬਰ ਗੁਨਾਹ ਵੀ ਨਹੀਂ ਛੱਡਿਆ ਹੋਇਆ। ਪੂਰੀ ਜ਼ਿੰਦਗੀ ਦਾ ਨਕਸ਼ਾ ਖਿੱਚ ਕਰਕੇ ਅੱਲਾ ਨੇ ਕਿਤਾਬ ਦੇ ਉੱਪਰ ਲਿਖ ਦਿੱਤਾ, ਦਰਜ ਕਰ ਦਿੱਤਾ ਹੈ। ਅੱਲਾਹ ਅਕਬਰ ਅੱਲਾ। ਉਹ ਫਿਰ ਕਿਤਾਬ ਖੋਲੇਗਾ ਤੇ ਇਸ ਤਰ੍ਹਾਂ ਪੜ੍ਹੇਗਾ ਨਾ, ਤੇ ਨਾਲ ਰੋਵੇਗਾ, ਨਾਲ ਕਵੇਗਾ, ਯਾ ਲੈਤਨੀ ਲੰਮੂ ਤੱਕ ਕਿਤਾਬੀਆ, ਯਾ ਲੈਤਨੀ ਲੰਮੂ ਤੱਕ ਕਿਤਾਬੀਆ, ਦੌੜਿਆ ਫਿਰੇਗਾ, ਯਾ ਲੈਤਨੀ ਲੰਮੂ ਤੱਕ ਕਿਤਾਬੀਆ, ਕਾਸ਼ ਕਿ ਮੈਨੂੰ ਆ ਕਿਤਾਬ ਨਾ ਦਿੱਤੀ ਹੁੰਦੀ ਜਿਹਦੇ ਉੱਤੇ ਮੇਰਾ ਜ਼ਰਾ ਜ਼ਰਾ ਗੁਨਾਹ ਨੋਟ ਨਾ ਆਏ। ਜ਼ਰਾ ਜ਼ਰਾ ਅੱਲਾ ਨੇ ਨੋਟ ਕਰਕੇ ਭੇਜ ਦਿੱਤਾ, ਅੱਲਾਹੁ ਅਕਬਰ ਅੱਲਾ। ਉਦੋਂ ਦਾ ਪਛਤਾਇਆ, ਕੁਝ ਕੰਮ ਨਹੀਂ ਆਏਗਾ। ਬੱਚਾ ਸਾਰਾ ਸਾਲ ਮਿਹਨਤ ਨਹੀਂ ਕੀਤੀ, ਪੇਪਰ 'ਚ ਬਹਿ ਕੇ ਪਛਤਾ ਰਿਹਾ ਜੀ, ਹੁਣ ਕਾਸ਼ ਮੈਂ ਪੜ੍ਹ ਲੈਂਦਾ। ਦੱਸੋ ਪੇਪਰ 'ਚ ਬੈਠ ਕੇ ਪਛਤਾਉਣਾ ਕਿਸੇ ਕੰਮ ਦਾ? ਉਹ ਪੇਪਰ ਹੋ ਰਿਹਾ, ਉੱਥੇ ਰਿਜ਼ਲਟ ਅਨਾਊਂਸ ਹੋਣਾ, ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਉੱਥੋਂ ਦਾ ਪਛਤਾਵਾ ਕਿਸੇ ਕੰਮ? ਅੱਲਾਹ ਅਕਬਰ ਅੱਲਾ। ਆ ਵੇਖਣਾ, ਅੱਗੇ ਸੁਣਦੇ ਜਾਓ ਜ਼ਰਾ, ਅੱਗੇ ਜਨਾਬ ਅੱਗੇ ਚੌਥਾ ਮੁਕਾਮ ਆ ਗਿਆ। ਸੂਰੇ ਫੁਰਕਾਨ ਅੱਲਾ ਫਰਮਾ ਰਹੇ ਨੇ, ਯਾ ਵੈਲਤਾ ਲੈਤਨੀ ਲਮ ਅਤਖਿਜ਼ ਫੁਲਾਨਨ ਖਲੀਲਾ, ਕਾਸ਼ ਮੈਂ ਫੁਲਾਨ ਨੂੰ ਦੋਸਤ ਨਾ ਬਣਾਇਆ ਹੁੰਦਾ, ਮੈਂ ਕਿਸੇ ਬੰਗੀ ਨੂੰ ਦੋਸਤ ਨਾ ਬਣਾਇਆ ਹੁੰਦਾ, ਮੈਂ ਕਿਸੇ ਸ਼ਰਾਬੀ ਨੂੰ ਦੋਸਤ ਨਾ ਬਣਾਇਆ ਹੁੰਦਾ, ਕਾਸ਼ ਕਿ ਮੈਂ ਕਿਸੇ ਸੂਦਖੋਰ ਨੂੰ ਦੋਸਤ ਨਾ ਬਣਾਇਆ ਹੁੰਦਾ, ਕਾਸ਼ ਕਿ ਮੈਂ ਮੇਰਾ ਉੱਠਣਾ ਬੈਠਣਾ ਬੇਨਮਾਜ਼ਾਂ ਦੇ ਅੰਦਰ ਨਾ ਹੁੰਦਾ, ਕਾਸ਼ ਕਿ ਮੇਰਾ ਉੱਠਣਾ ਬੈਠਣਾ ਤਾਰਕੇ ਸੁਨਤ ਤਾਰੇ ਕੀਨੇ ਸੁਨਤ ਦੇ ਅੰਦਰ ਨਾ ਹੁੰਦਾ, ਕਾਸ਼ ਕਿ ਮੈਂ ਜਨਾਬ ਉਲਾਮਾ ਦੀਆਂ ਮਹਿਫਲਾਂ ਅਟੈਂਡ ਕਰਦਾ, ਮੈਂ ਅੱਲਾ ਵਾਲਿਆਂ ਦੀਆਂ ਮਹਿਫਲਾਂ ਅਟੈਂਡ ਕਰਦਾ, ਤੇ ਕਾਸ਼ ਮੈਂ ਮਸੀਤਣਾ ਦੇ ਨਾਲ ਬੈਠਦਾ। ਇਵੇਂ ਕਹਿੰਦੇ ਨਾ, ਉੱਥੇ ਮਸੀਤੜੇ ਹੁੰਦਾ ਕੀ ਹੈ,
ਉਹ ਤੇ ਮਸੀਤ ਮੁੱਲਾਂ ਦੀ ਦੌੜ ਮਸੀਤ ਤੱਕ ਅਲਹਮਦੁਲਿਲਾਹ ਰੱਬਿਲ ਆਲਮੀਨ ਉਹ ਰੱਬ ਦੇ ਘਰ ਤੱਕ ਤੇ ਸਾਡੀ ਦੌੜ ਲੱਗੀ। ਹਾਂਜੀ ਬਾਕੀਆਂ ਦੀਆਂ ਦੌੜਾਂ ਕਿਸੇ ਦੀਆਂ ਫਸਲਾਂ ਵੱਲ, ਕਿਸੇ ਦੀਆਂ ਦੁਕਾਨਾਂ ਵੱਲ, ਕਿਸੇ ਦੀਆਂ ਕਿਸ ਵੱਲ, ਸਾਡੀਆਂ ਦੌੜਾਂ ਮਸੀਤਾਂ ਵੱਲ। ਅੱਲਾਹੁ ਅਕਬਰ ਅੱਲਾਹ। ਖੁਦਾ ਦੀ ਕਸਮ ਤੁਸੀਂ ਅਗਰ ਇਹ ਖਵੋ ਨਾ ਕਿ ਇਹਨਾਂ ਨੂੰ ਹੋਰ ਕੰਮ ਨਹੀਂ ਆਉਂਦਾ, ਕਸਮ ਤੁਹਾਡੇ ਨਾਲ ਬਹੁਤਾ ਗੇੜਾ ਦੇਣਾ ਆਉਂਦਾ ਜੀ। ਲੇਕਿਨ ਅੱਲਾਹ ਨੇ ਤੌਫੀਕ ਦਿੱਤੀ, ਆਪਣੇ ਘਰ ਦਾ ਖਾਦਮ ਬਣਾਇਆ, ਆਪਣੇ ਘਰ ਦਾ ਜਨਾਬ, ਆਪਣੇ ਘਰ ਦਾ ਚੌਕੀਦਾਰ ਬਣਾਇਆ। ਔਰ ਮੈਂ ਖੁਦਾ ਦੀ ਕਸਮ ਉਠਾ ਕੇ ਕਹਿ ਰਿਹਾ, ਮੈਂ ਇਮਾਮਤ ਕਰ ਰਿਹਾ, ਮੈਂ ਇਮਾਮਤ ਕਰ ਰਿਹਾ ਅਲਹਮਦੁਲਿਲਾ, ਮੈਨੂੰ ਉੱਥੋਂ ਦੀ ਤਨਖਾਹ ਦੀ ਜ਼ਰੂਰਤ ਨਹੀਂ। ਸਿਰਫ ਕਿਸ ਵਾਸਤੇ ਜੁੜਿਆ ਹੋਇਆ ਕਿ ਯਾਰ ਮੇਰੀਆਂ ਨਮਾਜ਼ਾਂ ਜ਼ਾਇਆ ਨਾ ਹੋ ਜਾਣ ਕਿਤੇ। ਯਾਨੀ ਸਭ ਤੋਂ ਬੜਾ ਫਿਕਰ ਨਮਾਜ਼ਾਂ ਦਾ। ਸਾਡੇ ਕਾਰੀ ਸਈਦ ਸਾਹਿਬ ਹੁੰਦੇ ਸਨ, ਅੱਲਾਹ ਤਾਲਾ ਉਹਨਾਂ ਨੂੰ ਖੈਰੀ ਸਲਾਮਤੀ ਲੈ ਆਵੇ, ਸਾਊਦੀਆ ਗਏ ਨੇ। ਉਹ ਅਕਸਰ ਕਹਿੰਦੇ ਹੁੰਦੇ ਯਾਰ ਨਾ, ਅਗਰ ਚ 10,000 ਹੈ, 8,000 ਹੈ, 7,000 ਹੈ, ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ। ਇਸ ਵਾਸਤੇ ਮਸਜਿਦਾਂ ਦੇ ਨਾਲ ਜੁੜੇ ਹੋਏ ਹਾਂ ਕਿ ਯਾਰ ਸਾਡੀਆਂ ਨਮਾਜ਼ਾਂ ਮਹਿਫੂਜ਼ ਨੇ, ਬਹਾਨੇ ਨਾਲ ਨਮਾਜ਼ਾਂ ਟਾਈਮ 'ਤੇ ਪੜ੍ਹ ਲੈਂਦੇ। ਯਾਨੀ ਪਹਿਲਾ ਟਾਰਗੇਟ ਉਹ ਇਹ ਵੇ ਕਿ ਸਾਡੀਆਂ ਨਮਾਜ਼ਾਂ ਮਹਿਫੂਜ਼ ਨੇ। ਤਨਖਾਹ ਵਾਲੀ ਗੱਲ ਤਾਂ ਬਹੁਤ ਪਿੱਛੇ ਵੇ, ਉਹ ਤੁਸੀਂ ਵਾਹੀਆਂ ਕਰਕੇ ਕਾਰੋਬਾਰ ਦੁਕਾਨਾਂ ਚਲਾ ਕੇ ਘਰ ਚਲਾ ਰਹੇ ਹੋ, ਅਸੀਂ ਨਹੀਂ ਚਲਾ ਸਕਦੇ। ਨਮਾਜ਼ਾਂ ਮਹਿਫੂਜ਼ ਨੇ। ਔਰ ਮੈਂ ਦਿਲੋਂ ਬਜਾਨੋ ਇਹ ਕਹਿੰਦਾ, ਅੱਲਾਹ ਤੇਰਾ ਸ਼ੁਕਰ ਹੈ ਕਿ ਨਮਾਜ਼ ਦੀ ਫਿਕਰ ਦੀ ਵਜ੍ਹਾ ਤੋਂ ਤੂੰ ਮਸਜਿਦ ਦੇ ਨਾਲ ਜੋੜਿਆ ਹੋਇਆ। ਸਾਰੇ ਸਾਥੀ ਅਗਰ ਇਵੇਂ ਦੀ ਫਿਕਰ ਕਰਨ ਕਿ ਯਾਰ ਸਾਡੀਆਂ ਨਮਾਜ਼ਾਂ ਮਹਿਫੂਜ਼ ਰਹਿਣ, ਮਸਜਿਦ ਨਾਲ ਤਾਲੁਕ ਹੋਏ, ਮਸਜਿਦ ਨਾਲ ਪਿਆਰ ਹੋਏ। ਅੱਲਾਹ ਅਕਬਰ ਅੱਲਾਹ। ਬਹਰਲ ਬਾਤ ਅੱਗੇ ਕਰੀਏ। ਯਾ ਵੈਲਾ ਤਾ ਲੈਤਾ ਨੀ ਲੰਮਤ ਤਖਿਜ਼ ਫੁਲਾਨਨ ਖਲੀਲਾ ਏ, ਐ ਕਾਸ਼ ਕਿ ਮੈਂ ਫੁਲਾਨ ਦੋਸਤ ਨਾ ਬਣਾਇਆ ਹੁੰਦਾ ਏ, ਮੇਰਾ ਬੈਠਣਾ ਉੱਠਣਾ ਨੇਕ ਲੋਕਾਂ ਦੇ ਨਾਲ ਹੁੰਦਾ। ਅੱਲਾਹ ਅਕਬਰ ਅੱਲਾਹ। ਆ ਵੇਖਣਾ ਜਨਾਬ, ਇਸ ਤੋਂ ਅਗਲਾ ਮੁਕਾਮ ਆ ਗਿਆ ਏ, ਪੰਜਵੇਂ ਨੰਬਰ 'ਤੇ ਅੱਲਾਹ ਫਰਮਾ ਰਹੇ ਨੇ, ਬੰਦਾ ਕਵੇਗਾ ਯਾ ਲੈਤਾ ਅਤਾਨ ਅੱਲਾਹ ਵਾਤਾਨ ਰਸੂਲਾ, ਕਾਸ਼ ਕਿ ਮੈਂ ਅੱਲਾਹ ਤੇ ਅੱਲਾਹ ਦੇ ਰਸੂਲ ਦੀ ਅਤਾਤ ਕੀਤੀ ਹੁੰਦੀ, ਕਾਸ਼ ਕਿ ਮੈਂ ਅੱਲਾਹ ਤੇ ਅੱਲਾਹ ਦੇ ਰਸੂਲ ਦੀਆਂ ਬਾਤਾਂ ਮੰਨੀਆਂ ਹੁੰਦੀਆਂ ਏ, ਕਾਸ਼ ਮੈਂ ਕੁਰਾਨ ਵਾਸਤੇ ਟਾਈਮ ਨਿਕਾਲਿਆ ਹੁੰਦਾ ਏ, ਕਾਸ਼ ਕਿ ਮੈਂ ਹਦੀਸ ਵਾਸਤੇ ਕੁਝ ਟਾਈਮ ਕੱਢਿਆ ਹੁੰਦਾ ਏ। ਉਹ ਮੀਆਂ 24 ਘੰਟੇ ਲਗਾਉਣੇ ਦੁਨੀਆ ਵਾਸਤੇ, ਦੁਕਾਨ ਦੀ ਫਿਕਰ ਏ, ਮਕਾਨ ਦੀ ਫਿਕਰ ਏ, ਵਾਈ ਜੁੱਤੀ ਦੀ ਫਿਕਰ ਏ ਨਾ ਏ। ਉਹ ਕਿਤੇ ਦਿਨ ਦੇ ਅੰਦਰ 1 ਘੰਟਾ ਅੱਲਾਹ ਵਾਸਤੇ ਵੀ ਲਗਾਇਆ, ਕਦੀ ਸੋਚਿਆ ਕਰ, ਕਦੀ ਜਨਾਬ ਮਸਜਿਦ ਦੇ ਅੰਦਰ ਆ ਕਰਕੇ ਬੈਠਾ ਹੋਏ, ਕਦੀ ਜਨਾਬ ਆ ਕਰਕੇ ਅੱਲਾਹੁ ਅਕਬਰ ਅੱਲਾਹ, ਕਦੀ ਆ ਕਰਕੇ ਕੁਰਾਨ ਪੜ੍ਹਿਆ ਹੋਏ, ਕਦੀ ਕਾਰੀ ਸਾਹਿਬ ਕੋਲੋਂ ਆ ਕਰਕੇ ਕੁਰਾਨ ਸਮਝਿਆ ਹੋਏ, ਅੱਲਾਹੁ ਅਕਬਰ ਅੱਲਾਹ। ਉਹ ਕੁਰਾਨ ਸਮਝਣ ਦੀਆਂ ਤੇ ਫਜ਼ੀਲਤਾਂ ਹੀ ਬੜੀਆਂ ਨੇ, ਇਹਦਾ ਤੇ ਅਜਰ ਹੀ ਬੜਾ। ਇਹ ਇੱਕ ਹਦੀਸ ਵਿੱਚ ਮੈਂ ਅਕਸਰ, ਮੇਰਾ ਦਿਲ ਕਰਦਾ ਵੀ ਮੈਂ ਨਾ ਜਿੱਥੇ ਵੀ ਜਾਵਾਂ ਹਰ ਜਗ੍ਹਾ 'ਤੇ ਸੁਣਾ ਦਿਆਂ। ਨਬੀ ਅਲੈਹਿ ਸਲਾਤੋ ਸਲਾਮ, ਮੇਰੇ ਪਾਕ ਪੈਗੰਬਰ ਹਜ਼ਰਤ ਅਬੂ ਜ਼ਰ ਗਫਾਰੀ ਰਜ਼ੀ ਅੱਲਾਹੁ ਤਾਲਾ ਫਰਮਾਉਂਦੇ ਨੇ, ਅਬੂ ਜ਼ਰ ਮੈਂ ਤੈਨੂੰ ਅੱਜ ਇਹੋ ਜਿਹੀ ਗੱਲ ਨਾ ਦੱਸਾਂ ਜਿਹੜੀ ਬੜੀ ਚੰਗੀ ਗੱਲ ਹੈ। ਫਰਮਾਇਆ ਯਾ ਰਸੂਲਲਾ ਦੱਸੋ ਨਾ। ਫਰਮਾਇਆ ਅਬੂ ਜ਼ਰ, ਇੱਕ ਬੰਦਾ ਸਾਰੀ ਰਾਤ ਖੜਾ ਹੋ ਕਰਕੇ ਨਫਲ ਪੜ੍ਹਦਾ, ਸਾਰੀ ਰਾਤ ਨਫਲ ਪੜ੍ਹੀ ਜਾਂਦਾ, ਪੜ੍ਹੀ ਜਾਂਦਾ, ਪੜ੍ਹੀ ਜਾਂਦਾ, 100 ਨਫਲ ਪੜ੍ਹ ਦਿੰਦਾ। ਔਰ ਦੱਸੋ ਯਾਰ, 100 ਨਫਲ ਪੜ੍ਹਨਾ ਸੌਖਾ ਹੈ? 100 ਨਫਲ ਪੜ੍ਹਨਾ ਬੜਾ ਮੁਸ਼ਕਲ ਹੈ। ਸਾਰੀ ਰਾਤ ਲਗਾਉਂਦਾ ਤੇ 100 ਨਫਲ ਪੜ੍ਹਦਾ ਤੇ ਉਹਨੂੰ ਸਵਾਬ ਕਿਤਨਾ ਮਿਲੇਗਾ? ਬੜਾ ਜ਼ਿਆਦਾ, ਕਾਫੀ ਜ਼ਿਆਦਾ ਸਾਰਾ ਸਵਾਬ ਮਿਲੇਗਾ ਨਾ। ਤੇ ਇੱਕ ਬੰਦਾ ਕੁਰਾਨ ਦੀ ਸਿਰਫ ਇੱਕ ਆਇਤ, ਇਹ ਹਦੀਸੇ ਰਸੂਲ ਹੈ, ਕੁਰਾਨ ਦੀ ਸਿਰਫ ਇੱਕ ਆਇਤ ਤਰਜਮੇ ਔਰ ਤਫਸੀਰ ਨਾਲ ਸਮਝ ਕੇ ਪੜ੍ਹ ਲੈਂਦਾ ਹੈ ਨਾ, ਉਹ 100 ਨਫਲ ਪੜ੍ਹਨ ਵਾਲੇ ਬੰਦੇ ਨਾਲੋਂ ਜ਼ਿਆਦਾ ਸਵਾਬ ਇਹ ਬੰਦਾ ਕਮਾ ਗਿਆ। ਰੋਜ਼ ਦੀ ਇੱਕ ਆਇਤ ਦੁਕਾਨ 'ਤੇ ਬੈਠ ਕੇ ਪੜ੍ਹੋਗੇ ਨਾ, ਇੱਕ ਆਇਤ ਪੜ੍ਹਨੀ ਸਿਰਫ, ਸਾਰੀ ਰਾਤ ਇੱਕ ਅੱਲਾਹ ਦਾ ਵਲੀ ਨਫਲ ਪੜ੍ਹਦਾ ਰਹੇ, 100 ਨਫਲ ਪੜ੍ਹਦੇ। ਇੱਕ ਬੰਦਾ ਸੁਬਹ ਉੱਠੇ, ਦੁਕਾਨ 'ਤੇ ਜਾਂ ਮਸਜਿਦ ਦੇ ਅੰਦਰ ਆਏ, ਨਮਾਜ਼ ਪੜ੍ਹੇ, ਉਸ ਤੋਂ ਬਾਅਦ ਕੁਰਾਨ ਖੋਲ੍ਹਣਾ, ਇੱਕ ਆਇਤ ਪੜ੍ਹਨੀ, ਉਹਦਾ ਤਰਜਮਾ ਪੜ੍ਹਨਾ, ਉਹਨੂੰ ਸਮਝਣਾ, ਜਿਹੜੀ ਬਾਤ ਸਮਝ ਨਹੀਂ ਆਈ ਕਾਰੀ ਸਾਹਿਬ ਕੋਲ ਪੁੱਛਣਾ। ਇੱਕ ਆਇਤ ਜ਼ਿਆਦਾ ਤੋਂ ਜ਼ਿਆਦਾ 15 ਤੋਂ 20 ਮਿੰਟ ਲੱਗਣਗੇ, ਉਹ 15 ਤੋਂ 20 ਮਿੰਟ ਤੁਹਾਡੇ ਲਾਏ ਨੇਕੀਆਂ ਇੰਨੀਆਂ ਜਮ੍ਹਾਂ ਹੋ ਜਾਣਗੀਆਂ ਜਿਵੇਂ ਤੁਸੀਂ ਜਨਾਬ ਪੂਰੀ ਰਾਤ ਖੜ੍ਹੇ ਹੋ ਕੇ 100 ਨਫਲ ਪੜ੍ਹਦੇ ਰਹੇ ਹੋ, ਇਸ ਤੋਂ ਵੀ ਬਹੁਤੀਆਂ ਨੇਕੀਆਂ ਅੱਲਾਹ ਤਾ ਕਰਦੇ। ਅੱਲਾਹ ਅਕਬਰ ਅੱਲਾਹ। ਇਸ ਵਾਸਤੇ ਅੱਜ ਤਹੀਆ ਕਰਨਾ,
ਕਿ ਰੱਬਾ ਦੁਨੀਆ ਦੀਆਂ ਕਿਤਾਬਾਂ ਬੜੀਆਂ ਪੜ੍ਹ ਲਈਆਂ, ਸਭ ਕੁਛ ਹੀ ਕਰ ਲਿਆ ਤੇ ਹੁਣ ਤੇਰੀ ਕਿਤਾਬ ਨੂੰ ਟਾਈਮ ਦੇਣਾ ਤੇ ਰੋਜ਼ ਦੀ ਇੱਕ ਆਇਤ। ਸਾਲ ਗੁਜ਼ਰੇਗਾ 365 ਆਇਤਾਂ ਦੇ ਤੁਸੀਂ ਆਲਿਮ ਹੋਵੋਗੇ, 365 ਆਇਤਾਂ ਤੁਹਾਨੂੰ ਜਨਾਬ ਪਤਾ ਹੋਏਗਾ, ਸਮਝ ਹੋਏਗੀ ਔਰ ਰੱਬ ਦੀ ਚਿੱਠੀ ਸਮਝ ਆਏਗੀ। ਉਹ ਅਸੀਂ ਖੱਤ ਭੇਜੀਏ ਭਜਵਾਈਏ ਤੇ ਸਾਡਾ ਮਹਿਬੂਬ ਅਗਲਾ ਬੰਦਾ ਪੜ੍ਹੇ ਬੜੇ ਖੁਸ਼ ਹੁੰਦੇ ਹਾਂ, ਔਰ ਰੱਬ ਦੀ ਚਿੱਠੀ ਅਸੀਂ ਪੜ੍ਹਾਂਗੇ ਰੱਬ ਕਿੰਨੇ ਖੁਸ਼ ਹੋਣਗੇ। ਜ਼ਿਆਦਾ ਨਹੀਂ, ਜ਼ਿਆਦਾ ਹੋ ਸਕੇ ਤਾਂ ਇਸ ਤੋਂ ਵੀ ਜ਼ਿਆਦਾ ਪੜ੍ਹਨੀ। ਕੋਈ ਮੇਰਾ ਵੀਰ ਵਾਅਦਾ ਕਰਦਾ ਜੀ ਕਿ ਮੈਂ ਰੋਜ਼ ਦੀ ਇੱਕ ਆਇਤ ਇਨਸ਼ਾਅੱਲਾ ਪੜ੍ਹਾਂਗਾ, ਇਨਸ਼ਾਅੱਲਾਹੁ ਤਾਲਾ। ਅੱਲਾ ਜਜ਼ਾਏ ਖੈਰ ਦੇ, ਅੱਲਾ ਜਜ਼ਾਏ ਖੈਰ ਦੇ, ਅੱਲਾਹ ਅਕਬਰ, ਅੱਲਾ ਅੱਲਾ ਜਜ਼ਾਏ ਖੈਰ ਦੇ, ਅੱਲਾਹ ਅਕਬਰ। ਯਾ ਲਈ ਤਨਾ ਅੱਲਾ, ਯਾ ਲਈ ਤਨਾ ਤਨ ਅੱਲਾ ਖਵਾ ਤਨ ਰਸੂਲ ਆਏ। ਕਾਸ਼ ਕਿ ਮੈਂ ਅੱਲਾ ਤੇ ਅੱਲਾ ਦੇ ਰਸੂਲ ਦੀ ਇਤਾਤ ਕੀਤੀ ਹੁੰਦੀ। ਅੱਗੇ ਸੂਰਹ ਫੁਰਕਾਨ ਅੱਲਾ ਫਰਮਾਉਂਦੇ ਨੇ, ਬੰਦਾ ਕਵੇਗਾ ਯਾ ਲਈ ਤਨੀ ਇਤਖਜ਼ਤੁ ਮਾ ਰਸੂਲ ਸਬੀਲਾ। ਐ ਕਾਸ਼ ਕਿ ਮੈਂ ਰਸੂਲ ਦਾ ਰਸਤਾ ਅਪਣਾਇਆ ਹੁੰਦਾ ਏ। ਕਿਸੇ ਬਾਬੇ ਦਾ ਰਸਤਾ ਨਹੀਂ, ਕਿਸੇ ਫਕੀਰ ਪੀਰ ਫਕੀਰ ਦਾ ਰਸਤਾ ਨਹੀਂ, ਕਿਸੇ ਇਮਾਮ ਦਾ ਰਸਤਾ ਨਹੀਂ, ਬਲਕਿ ਅੱਲਾ ਤੇ ਅੱਲਾ ਦੇ ਰਸੂਲ ਦਾ ਰਸਤਾ ਏ। ਉਹ ਕੋਈ ਦੀਨ ਜਿਹਨੂੰ ਸੇ ਉਹ ਕੋਈ ਰਸਤਾ ਏ ਜਿਹਨੂੰ ਸਿਰਾਤ ਮੁਸਤਕੀਮ ਕਿਹਾ ਜਾਂਦਾ ਏ। ਉਹ ਕੋਈ ਦੀਨ ਜਿਹਨੂੰ ਦੀਨ ਹਨੀਫ ਕਿਹਾ ਜਾਂਦਾ ਏ। ਅੱਲਾ ਦਾ ਕੁਰਾਨ ਔਰ ਸੁਨਤ ਰਸੂਲ ਅੱਲਾ ਅਕਬਰ ਅੱਲਾ ਏ। ਉੱਥੇ ਫਿਰ ਬੰਦਾ ਪਛਤਾਏਗਾ, ਕਾਸ਼ ਕਿ ਮੈਂ ਜਨਾਬ ਐਰਿਆਂ ਗਹਿਰਿਆਂ ਦੇ ਪਿੱਛੇ ਨਾ ਲੱਗਦਾ ਏ। ਕੋਈ ਫਲਾਂ ਬਾਬਾ, ਕੋਈ ਫਲਾਂ ਪੀਰ, ਕੋਈ ਫਲਾਂ ਮੁਹੱਲੇ ਦਾ ਮੌਲਵੀ, ਸਾਡਾ ਬਾਬਾ ਤੇ ਇੰਝ ਕਰਦਾ ਜੀ, ਸਾਡਾ ਦਾਦਾ ਇੰਝ ਕਹਿੰਦਾ, ਸਾਡਾ ਮੌਲਵੀ ਇੰਝ ਕਹਿੰਦਾ ਏ। ਉਹ ਮੀਆਂ ਇੱਥੇ ਅਸੀਂ ਬੜੇ ਬਹਾਨੇ ਬਣਾਉਂਦੇ ਹਾਂ ਹਦੀਸ ਨੂੰ ਮੰਨਣ ਵਾਸਤੇ, ਕੁਰਾਨ ਨੂੰ ਮੰਨਣ ਵਾਸਤੇ, ਲੇਕਿਨ ਉੱਥੇ ਜਦੋਂ ਬੰਦਾ ਜਾਏਗਾ ਤੇ ਫਿਰ ਪਛਤਾਏਗਾ, ਕਾਸ਼ ਕਿ ਮੈਂ ਅੱਲਾ ਤੇ ਅੱਲਾ ਦੇ ਰਸੂਲ ਦਾ ਰਸਤਾ ਅਪਣਾਇਆ ਹੁੰਦਾ ਏ, ਔਰ ਕੋਈ ਰਸਤਾ ਨਾ ਅਪਣਾਇਆ ਹੁੰਦਾ। ਅੱਲਾ ਅਕਬਰ ਅੱਲਾ ਏ। ਆ ਵੇਖ ਨਾ ਜਨਾਬ ਅੱਗੇ ਆ ਨਜ਼ਰ ਆਏ, ਅੱਲਾ ਫਰਮਾਨ ਸੂਰਹ ਨਿਸਾ ਨਿਕਲ ਆਈਏ ਨਾ ਏ। ਯਾ ਲਈ ਤਮੀ ਕੁੰਤੁਮਾਹੁਮ ਫਾਫੂਜ਼ਾ ਫੌਜ਼ਨ ਅਜ਼ੀਮਾ। ਐ ਕਾਸ਼ ਕਿ ਮੈਂ ਵੀ ਉਹਨਾਂ ਲੋਕਾਂ ਦੇ ਨਾਲ ਹੁੰਦਾ ਜਿਹੜੇ ਉਹ ਬੰਦੇ ਕਾਮਯਾਬ ਖੜੇ ਨੇ, ਜਿਹੜੇ ਜੰਨਤ ਦੇ ਵੱਲ ਜਾ ਰਹੇ ਨੇ। ਕਾਸ਼ ਕਿ ਮੈਂ ਉਹਨਾਂ ਦੇ ਵਿੱਚੋਂ ਹੁੰਦਾ। ਏ ਕਿਵੇਂ ਹੁੰਦਾ? ਦੁਨੀਆਂ ਤੇ ਰਹਿ ਕਰਕੇ, ਦੁਨੀਆਂ ਤੇ ਰਹਿ ਕਰਕੇ ਅਗਰ ਦੀਨ ਵਾਲੇ ਪਾਸੇ ਨੇਕੀ ਵਾਲੇ ਪਾਸੇ ਲੱਗੇ ਹੋ ਤੇ ਉੱਥੇ ਪਛਤਾਵਾ ਨਹੀਂ ਹੋਏਗਾ, ਵਰਨਾ ਉਹਨਾਂ ਲੋਕਾਂ ਵੱਲ ਵੇਖ ਕੇ ਤਰਸ ਰਹੇ ਹੋਵਾਂਗੇ, ਕਾਸ਼ ਕਿ ਅਸੀਂ ਇਹਨਾਂ ਲੋਕਾਂ 'ਚ ਹੁੰਦੇ ਹੋ। ਮੇਰੇ ਵੀਰ, ਦੀਨ ਜਿਹੜਾ ਨਾ ਇਹ ਮਨਾ ਨਹੀਂ ਕਰਦਾ। ਤੁਸੀਂ ਬਾਇਓ ਪੜ੍ਹੋ, ਫਿਜ਼ਿਕਸ ਪੜ੍ਹੋ, ਕੈਮਿਸਟਰੀ ਪੜ੍ਹੋ। ਮੈਂ ਇੱਕ ਜਗ੍ਹਾ 'ਤੇ ਗਿਆ ਅਤੇ ਮੈਂ ਬੜੇ ਜਨਾਬ ਜੋਸ਼ ਦੇ ਅੰਦਰ ਮੈਂ ਤਕਰੀਰ ਕਰ ਰਿਹਾ, ਇਹ ਜਨਾਬ ਕਬਰ ਦਾ ਅਜ਼ਾਬ ਆਏਗਾ, ਇਹ ਜਨਾਬ ਕਬਰ ਦੇ ਅੰਦਰ ਸਿਰ ਵਾਲੇ ਪਾਸੋਂ ਅਜ਼ਾਬ ਆਏਗਾ ਅਤੇ ਜਨਾਬ ਫਿਜ਼ਿਕਸ ਆ ਜਾਏਗੀ। ਹਾਂਜੀ, ਗੱਲ ਬਣਦੀ ਨਾ, ਪੈਰਾਂ ਵਾਲੇ ਪਾਸੋਂ ਅਜ਼ਾਬ ਆਏਗਾ, ਕੈਮਿਸਟਰੀ ਆ ਜਾਏਗੀ, ਇਹ ਜਨਾਬ ਇਹਦੋਂ ਸੱਜੇ ਪਾਸਿਓਂ ਬਾਇਓਲੋਜੀ ਆ ਜਾਏਗੀ, ਖੱਬੇ ਪਾਸਿਓਂ ਮੈਥਮੈਟਿਕਸ ਆ ਜਾਏਗੀ। ਬੰਦਿਆਂ ਦੇ ਘਰ ਸਾਹਿਬ ਹੈ ਕਿ ਮੈਂ ਕਿਹਾ ਯਾਰ ਜਿਵੇਂ ਅਸੀਂ ਅਹਿਮੀਅਤ ਦਿੰਦੇ ਹਾਂ ਸਾਇੰਸ ਸਕੂਲਾਂ ਵਾਸਤੇ, ਰਕਸ਼ੇ ਭਰ ਭਰ ਜਾ ਰਹੇ ਨੇ, ਫੀਸਾਂ ਅਦਾ ਕਰ ਰਹੇ ਹਾਂ, ਸਾਰਾ ਕੁਛ ਵੇਚ ਕੇ ਲਾਇਆ ਹੋਇਆ, ਬੱਚੇ ਪੜ੍ਹ ਜਾਣ, ਬੱਚੇ ਪੜ੍ਹ ਜਾਣ, ਕਦੇ ਦੀਨ ਵਾਸਤੇ ਵੀ ਇੰਨਾ ਤੜਪੇ ਹਾਂ? ਫਰਮਾਇਆ ਜਿਹੜਾ ਬੰਦਾ ਸੂਰਹ ਮੁਲਕ ਪੜ੍ਹ ਕੇ ਰੋਜ਼ ਸੌਂਦਾ ਹੈ ਨਾ, ਕਿਆਮਤ ਕਬਰ ਦੇ ਅੰਦਰ ਅਜ਼ਾਬ ਆਏਗਾ, ਸੂਰਹ ਮੁਲਕ ਅੱਗਿਓਂ ਆ ਜਾਏਗੀ। ਇਹ ਹਿਫਾਜ਼ਤ ਕਰੇਗੀ, ਕੁਰਾਨ ਹਿਫਾਜ਼ਤ ਕਰੇਗਾ। ਮੇਰਾ ਵੀਰ, ਸਾਇੰਸ ਵੀ ਪੜ੍ਹੋ, ਬਾਇਓ ਵੀ ਪੜ੍ਹੋ, ਕੈਮਿਸਟਰੀ, ਫਿਜ਼ਿਕਸ, ਮੈਥਮੈਟਿਕਸ, ਸਭ ਕੁਛ ਪੜ੍ਹੋ, ਲੇਕਿਨ ਨਾਲ ਨਾਲ ਬੱਚਿਆਂ ਨੂੰ ਅੱਲਾਹ ਦਾ ਦੀਨ ਵੀ ਸਿਖਾਓ। ਅੱਲਾਹ ਅਕਬਰ ਅੱਲਾ, ਦੀਨ ਤੋਂ ਬਗੈਰ ਕੋਈ ਚਾਰਾ ਨਹੀਂ। ਅੱਲਾਹ ਅੱਲਾ ਅੱਲਾ, ਮੈਂ ਅਲਹਮਦੁਲਿਲਾ ਫਖਰ ਕਰਨਾ ਮੇਰੇ ਵਾਲਦ ਮੁਹਤਰਮ, ਮੈਂ ਉਹਨਾਂ ਦੇ ਨਾਲ ਆਇਆ, ਅੱਜ ਉਹਨਾਂ ਦੇ ਨਾਲ ਆਇਆ, ਸਾਡੇ ਨਾਲ ਅਲਹਮਦੁਲਿਲਾ ਵਾਲਦ ਮੁਹਤਰਮ ਆਏ। ਅਸੀਂ 9 ਭੈਣ ਭਰਾਵਾਂ ਅਤੇ 9 ਭੈਣ ਭਰਾਵਾਂ ਨੂੰ ਮੇਰੇ ਅੱਬਾ ਜੀ ਨੇ ਮਾਸ਼ਾਅੱਲਾ ਆਲਿਮ ਵੀ ਬਣਾਇਆ ਅਤੇ ਦੀਨ ਵੀ ਪੜ੍ਹਾਇਆ ਅਤੇ ਨਾਲ ਸਕੂਲ ਵੀ ਪੜ੍ਹਾਇਆ, ਸਭ ਕੁਛ ਹੀ ਕੀਤਾ ਅਲਹਮਦੁਲਿਲਾ। ਆ ਦੀਨ ਦੀਆਂ ਡਿਗਰੀਆਂ ਵੀ ਮੌਜੂਦ, 4 ਸਾਲ ਪੰਜਾਬ ਯੂਨੀਵਰਸਿਟੀ ਪੜ੍ਹਿਆ, ਹਾਂਜੀ ਐਮ ਫਿਲ ਯੂਨੀਵਰਸਿਟੀ ਆਫ ਲਾਹੌਰ ਤੋਂ ਕੀਤਾ, ਔਰ ਇਸ ਤਰ੍ਹਾਂ ਅੱਗੇ PhD ਤੱਕ ਮੇਰੀ ਤਾਲੀਮ ਅਲਹਮਦੁਲਿਲਾ ਜਾਰੀ ਉਸਾਰੀ ਅਜੇ ਤੱਕ, ਅਤੇ ਨਾਲ ਨਾਲ ਜਨਾਬ ਦੀਨ ਦੀ ਤਾਲੀਮ ਵੀ, ਦੀਨ ਦਾ ਕੰਮ ਵੀ ਅੱਲਾ ਲੈ ਰਿਹਾ ਅਲਹਮਦੁਲਿਲਾ ਰੱਬਿਲ ਆਲਮੀਨ। ਅੱਲਾ ਦਾ ਬੜਾ ਅਹਿਸਾਨ ਹੈ, ਆਪਣੀ ਔਲਾਦ ਨੂੰ ਦੀਨ ਪੜ੍ਹਾਓ, ਦੁਨੀਆ ਵੀ ਪੜ੍ਹਾਓ ਨਾਲ ਨਾਲ ਦੀਨ ਵੀ ਪੜ੍ਹਾਓ। ਅੱਲਾਹ ਅਕਬਰ ਅੱਲਾ। ਆ ਵੇਖੋ ਨਾ,
ਫਰਮਾਇਆ ਜਨਾਬ ਆ ਵੇਖ ਨਾ ਜਨਾਬ ਸੱਤਵੇਂ ਨੰਬਰ ਤੇ ਆ ਲਈ ਤਨੀ ਕੁਨ ਤੁਮਾ ਹੁਮ ਫਾਫੂਜ਼ਾ ਫੌਜ਼ਨ ਅਜ਼ੀਮਾ ਫਰਮਾਇਆ ਕਿ ਜਨਾਬ ਕਾਸ਼ ਕਿ ਮੈਂ ਉਹਨਾਂ ਲੋਕਾਂ ਦੇ ਨਾਲ ਹੁੰਦਾ ਜਿਹੜੇ ਅੱਜ ਕਾਮਯਾਬ ਹੋ ਗਏ ਨੇ ਨਾਲੇ ਸੂਰਹ ਕਾਫ ਆ ਗਈ ਹੈ ਤੇ ਜਨਾਬ ਬੰਦਾ ਵੇਖ ਬੰਦਾ ਅਰਜ਼ੂ ਕਰ ਰਿਹਾ ਕਿਆਮਤ ਦਾ ਦਿਨ ਹੈ ਹਸ਼ਰ ਦਾ ਦਿਨ ਲੱਗਿਆ ਹੋਇਆ ਫਰਮਾ ਰਹੇ ਨੇ ਅੱਲਾ ਬੰਦਾ ਕਵੇਗਾ ਯਾ ਲਈ ਤਨੀ ਲੰ ਮੁਸ਼ਰਿਕ ਬੀ ਰੱਬੀ ਏ ਕਾਸ਼ ਕਿ ਮੈਂ ਆਪਣੇ ਅੱਲਾ ਦੇ ਨਾਲ ਸ਼ਿਰਕ ਨਾ ਕੀਤਾ ਹੁੰਦਾ ਮੈਂ ਆਪਣੇ ਅੱਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਠਹਿਰਾਇਆ ਹੁੰਦਾ ਏ ਅੱਲਾਹੁ ਅਕਬਰ ਅੱਲਾ ਹੁਣ ਸ਼ਿਰਕ ਆਉਂਦੇ ਕਿਹਨੂੰ ਨੇ ਸਾਨੂੰ ਪਤਾ ਹੀ ਕੋਈ ਨਹੀਂ ਕਿਉਂਕਿ ਸਿੱਖਿਆ ਹੀ ਨਹੀਂ ਸਾਨੂੰ ਵੀ ਜ਼ਰੂਰਤ ਹੈ ਅਸੀਂ ਕਲਮਾ ਪੜ੍ਹ ਲਿਆ ਨਬੀ ਦੀ ਉਮਤ ਹਾਂ ਅਸੀਂ ਤਾਂ ਬਖਸ਼ੇ ਬਖਸ਼ਾਏ ਹਾਂ ਸਾਨੂੰ ਪਤਾ ਹੀ ਨਹੀਂ ਸ਼ਿਰਕ ਕੀ ਹੁੰਦਾ ਅਗਰ ਸ਼ਿਰਕ ਕੋਲੋਂ ਬਚਣਾ ਤਾਂ ਫਿਰ ਇਲਮ ਹੋਣਾ ਚਾਹੀਦਾ ਨਾ ਕਿ ਸ਼ਿਰਕ ਆਉਂਦੇ ਕਿਹਨੂੰ ਨੇ ਅਤੇ ਉਹ ਅਗਲਾ ਜੋ ਮੈਂ ਕਾਰੀ ਸਾਹਿਬ ਕੋਲੋਂ ਪੜਵਾ ਲਿਆ ਜੀ ਵੀ ਸ਼ਿਰਕ ਆਉਂਦੇ ਕਿਹਨੂੰ ਨੇ ਸਾਨੂੰ ਨਹੀਂ ਪਤਾ ਸ਼ਿਰਕ ਆਉਂਦੇ ਕਿਹਨੂੰ ਵੱਲਾ ਸਾਡੇ ਬੜੇ ਬੜੇ ਲੋਕ ਸ਼ਿਰਕ ਕਰ ਰਹੇ ਨੇ ਅਤੇ ਪਤਾ ਹੀ ਨਹੀਂ ਵੀ ਇਹ ਸ਼ਿਰਕ ਹੈ ਜਾਂ ਨਹੀਂ ਨਮਾਜ਼ ਨਾ ਪੜ੍ਹਨਾ ਵੀ ਸ਼ਿਰਕ ਹੈ ਨਮਾਜ਼ ਨਾ ਪੜ੍ਹਨਾ ਵੀ ਸ਼ਿਰਕ ਹੈ ਕਿਸ ਤਰ੍ਹਾਂ ਵਾਕੀਮ ਸਲਾਤ ਵਾਲਾ ਤਕੂਨ ਮਿਨਲ ਮੁਸ਼ਰਕੀਨ ਵਾਕੀਮ ਸਲਾਤ ਵਾਲਾ ਤਕੂਨ ਮਿਨਲ ਮੁਸ਼ਰਕੀਨ ਅੱਲਾ ਫਰਮਾ ਰਿਹਾ ਨਮਾਜ਼ ਕਾਇਮ ਕਰੋ ਅਤੇ ਅੱਲਾ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰੋ ਅੱਲਾ ਦੇ ਨਾਲ ਸ਼ਿਰਕ ਨਾ ਕਰੋ ਗੋਇਆ ਨਮਾਜ਼ ਨਾ ਪੜ੍ਹਨਾ ਅੱਲਾ ਦੇ ਨਾਲ ਮੁਕਾਬਲਾ ਕਰਨਾ ਹੈ ਨਮਾਜ਼ ਨਾ ਪੜ੍ਹਨਾ ਅੱਲਾ ਨੂੰ ਸਾਵੇਂ ਹੋਣਾ ਸਾਵੇਂ ਪਿਓ ਆਵਾਜ਼ ਮਾਰੇ ਨਾ ਪੁੱਤਰ ਇੱਧਰ ਗੱਲ ਸੁਣ ਅਤੇ ਪੁੱਤਰ ਕਹਾ ਵੀ ਮੇਰਾ ਕੰਮ ਜ਼ਿਆਦਾ ਅਹਿਮ ਹੈ ਅਤੇ ਚੱਲ ਅੱਬਾ ਆਵਾਜ਼ਾਂ ਮਾਰੀ ਜਾਂਦਾ ਅਤੇ ਕੋਈ ਗੱਲ ਨਹੀਂ ਅਤੇ ਕੀ ਖਿਆਲ ਹੈ ਉਹ ਘਰ 'ਚ ਰਹਿ ਜਾਏਗਾ ਅਤੇ ਅੱਲਾ ਪੰਜ ਆਵਾਜ਼ਾਂ ਦਿੰਦਾ ਦਿਨ ਦੇ ਅੰਦਰ ਪੰਜ ਦਫ਼ਾ ਆਵਾਜ਼ ਮਾਰਦਾ ਆ ਜਾਓ ਮੁਸੀਬਤੇ ਓਏ ਆ ਜਾਓ ਕਾਮਯਾਬੀ ਤਰਫ ਮੋਟੀਵੇਸ਼ਨਲ ਸਪੀਕਰ ਸੁਣ ਸੁਣ ਕੇ ਸਾਡੀ ਕੌਮ ਜਨਾਬ ਖੁਦ ਮੋਟੀਵੇਸ਼ਨਲ ਸਪੀਕਰ ਬਣ ਗਈ ਅਤੇ ਇਹ ਸਭ ਤੋਂ ਵੱਡੀ ਮੋਟੀਵੇਸ਼ਨ ਹਈਆ ਅਲਲ ਫਲਾਹ ਆਓ ਕਾਮਯਾਬੀ ਕੀ ਤਰਫ ਇਹ ਕਾਮਯਾਬੀ ਅਤੇ ਜੇ ਮਸਜਿਦ ਦੇ ਅੰਦਰ ਨਹੀਂ ਆਉਣਾ ਤਾਂ ਰੱਬ ਨੂੰ ਹੀ ਕਹਿ ਰਿਹਾ ਨਾ ਸਾਵੇਂ ਸਾਵੇਂ ਵੀ ਠੀਕ ਹੈ ਤੂੰ ਆ ਜਾ ਮਾਰੀ ਜਾ ਸਾਨੂੰ ਕੋਈ ਨਹੀਂ ਸਾਡਾ ਕੰਮ ਅੱਗੇ ਸਾਨੂੰ ਸਾਡੀ ਦੁਕਾਨ ਵੀ ਅੱਗੇ ਕੰਮ ਵੀ ਅੱਗੇ ਸਭ ਕੁਛ ਸਾਨੂੰ ਅਜ਼ੀਜ਼ ਹੈ ਤੂੰ ਮਾਰੀ ਆਵਾਜ਼ ਆ ਰੋਜ਼ ਪੰਜ ਵਾਰੀ ਸਾਨੂੰ ਬੁਲਾ ਅਸੀਂ ਕੋਈ ਨਹੀਂ ਆਉਣਾ ਅਤੇ ਜਿਹੜਾ ਈਮਾਨ ਉਹ ਜਿਹੜਾ ਈਮਾਨ ਸਾਨੂੰ ਸਾਡਾ ਕੰਮ ਛੁਡਵਾ ਕੇ ਮਸਜਿਦ 'ਚ ਨਹੀਂ ਲਿਆ ਸਕਦਾ ਉਹ ਈਮਾਨ ਸਾਨੂੰ ਕਦੀ ਜੰਨਤ 'ਚ ਲਿਜਾ ਸਕਦਾ ਕਦੀ ਵੀ ਨਹੀਂ ਅੱਲਾਹ ਅਕਬਰ ਫਿਰ ਉੱਥੇ ਪਛਤਾਏਗਾ ਫਰਮਾਏਗਾ ਜਨਾਬ ਅੱਲਾ ਫਰਮਾ ਰਿਹਾ ਯਾ ਲਈ ਤਨੀ ਲੰ ਮੁਸ਼ਰਿਕ ਬੀ ਰੱਬੀ ਅਹਦਾ ਏ ਕਾਸ਼ ਕਿ ਮੈਂ ਆਪਣੇ ਅੱਲਾ ਦੇ ਨਾਲ ਸ਼ਿਰਕ ਨਾ ਕੀਤਾ ਹੁੰਦਾ ਏ ਔਰ ਨੌਵੇਂ ਨੰਬਰ 'ਤੇ ਅੱਲਾ ਫਰਮਾ ਰਹੇ ਨੇ ਸੂਰਹ ਇਨਾਮ ਨਿਕਲ ਆਈ ਫਰਮਾਇਆ ਏ ਯਾ ਲਈ ਤਨਾ ਯਾ ਲਈ ਤਨਾ ਕਵੇ ਗਏ ਕਾਸ਼ ਕਿ ਕੋਈ ਐਸੀ ਸੂਰਤ ਨਿਕਲ ਆਏ ਮੈਂ ਵਾਪਸ ਦੁਨੀਆ ਦੇ ਅੰਦਰ ਚਲਾ ਜਾਵਾਂ ਕਾਸ਼ ਕਿ ਕੋਈ ਇਹੋ ਜਿਹੀ ਸੂਰਤ ਨਿਕਲ ਆਏ ਸਾਨੂੰ ਅੱਲਾ ਆਪਣੇ ਜਿਨਾ ਵਾਪਸ ਭੇਜ ਦੇਵੇ ਤੇ ਰੱਬ ਦੀਆਂ ਏ ਨਿਸ਼ਾਨੀਆਂ ਵੇਖ ਕਰਕੇ ਕਦੇ ਵੀ ਅੱਲਾ ਦੇ ਨਾਲ ਮੁਕਾਬਲਾ ਨਾ ਕਰੀਏ ਅੱਲਾ ਤੇ ਈਮਾਨ ਲੈ ਆਈਏ ਅੱਲਾ ਸਾਨੂੰ ਵਾਪਸ ਭੇਜ ਨਾਮਲ ਅਮਲਨ ਸਾਲਿਹਾ ਅੱਲਾ ਵਾਪਸ ਭੇਜ ਅਸੀਂ ਚੰਗੇ ਅਮਲ ਕਰੀਏ ਵਾਪਸ ਭੇਜ ਅਸੀਂ ਨੇਕ ਬਣ ਕੇ ਆਈਏ ਵਾਪਸ ਭੇਜ ਅਸੀਂ ਨਮਾਜ਼ੀ ਬਣ ਕੇ ਆਈਏ ਵਾਪਸ ਖਲ ਅਸੀਂ ਉਸ਼ਰ ਵੀ ਦਈਏ ਜ਼ਕਾਤ ਵੀ ਅਦਾ ਕਰੀਏ ਵਾਪਸ ਭੇਜ ਅਸੀਂ ਤੇਰੇ ਰਸਤੇ ਦੇ ਅੰਦਰ ਬੜ ਚੜ ਕੇ ਖਰਚ ਕਰੀਏ ਅੱਲਾ ਵਾਪਸ ਭੇਜ ਅੱਲਾ ਕਵੇਗਾ ਨਾ ਨਾ ਹੁਣ ਵਾਪਸ ਜਾਣ ਦੀਆਂ ਜਨਾਬ ਇਹ ਜੇ ਹੁਣ ਵਾਪਸ ਜਾਣ ਦਾ ਮੌਕਾ ਮੁੱਕ ਗਿਆ ਨਾ ਜੋ ਇੱਕ ਵਾਰ ਜ਼ਿੰਦਗੀ ਦਿੱਤੀ ਸੀ ਉਹਦੇ ਅੰਦਰ ਜੋ ਕਮਾਏ ਉਹ ਕੋਈ ਤੇਰਾ ਏਜ਼ਾਜ਼ ਹੈ ਉਹ ਕੋਈ ਜਨਾਬ ਤੇਰਾ ਬਦਲਾ ਹੈ ਉਹ ਕੋਈ ਤੇਰੀ ਜਜ਼ਾ ਸਜ਼ਾ ਹੈ ਅੱਲਾ ਕਵੇਗਾ ਨਾ 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 ਵਾਪਸੀ ਦਾ ਚੱਕਰ ਕੋਈ ਨਹੀਂ ਉਵੀਆਂ ਕੋਈ ਹੋਰ ਮਜ਼ਹਬ ਹੋਏਗਾ ਜਿਹਦੇ ਅੰਦਰ ਸੱਤ ਜਨਮ ਹੁੰਦੇ ਨੇ ਬੰਦਾ ਬਾਰ ਬਾਰ ਆਉਂਦਾ ਰਹਿੰਦਾ ਲੋਕਾਂ ਦਾ ਅਕੀਦਾ ਹੈ ਲੇਕਿਨ ਸਾਡਾ ਅਕੀਦਾ ਕੀ ਹੈ ਨਾ ਹੈ ਅੱਲਾ ਨੇ ਇੱਕੋ ਵਾਰੀ ਭੇਜਿਆ ਹੈ ਇਹਦੇ ਅੰਦਰ ਜਾਂ ਜਹੰਨਮ ਬਣਾ ਲਈਏ ਜਾਂ ਜੰਨਤ ਬਣਾ ਲਈਏ ਜਾਂ ਜਹੰਨਮ ਖਰੀਦ ਲਈਏ ਜਾਂ ਜੰਨਤ ਖਰੀਦ ਲਈਏ ਅਤੇ ਪੱਲੇ ਉਹ ਹੀ ਪੈਣਾ ਜੋ ਕਮਾਇਆ ਹੋਏਗਾ ਅੱਲਾ ਕੋਲੋਂ ਦੁਆ ਹੈ ਅੱਲਾ ਹਕਮੁਲ ਹਾਕਮੀਨ ਇਹ ਮੇਰੇ ਚੰਦ ਅਲਫਾਜ਼
سن سنا کر کے سانو عمل دی توفیق عطا فرمائے. واخر دعوانا الحمدللہ رب العالمین.